ਪਰ ਅਨਫਾਰਚੂਨੇਟਲੀ ਵੀਡੀਓ ਨੂੰ ਉਹਨਾਂ ਕਾ ਵਾਇਲੇਸ਼ਨ ਲੱਗ ਗਈ। ਐ ਵੇਖੋ ਪਰਿੰਦਾ, ਇਹ ਇਹ ਓਹੋ ਆਪਣੀ ਖੁਰਾਕ ਤਲਾਸ਼ ਕਰਦਾ ਹੈ। ਅਸਲਾਮ ਵਾਲੇਕਮ ਮੇਰੇ ਭਰਾਵੋ, ਕੀ ਹਾਲ ਹੈ ਤੁਹਾਡੇ ਸਾਰਿਆਂ ਦੇ? ਉਮੀਦ ਕਰਨੇ ਆ ਇਨਸ਼ਾਅੱਲਾ ਬੈਟਰ ਹੋਵੇ। ਸੋ ਵੈਲਕਮ ਬੈਕ ਟੂ ਮਾਈ ਨਿਊ ਵਲਾਗ 96 ਵਲਾਗ ਬ੍ਰਾਂਡ ਨੇ ਨਹੀਂ। ਅੱਛਾ ਜੀ, ਅੱਜ ਵਲਾਗ ਦੀ ਮੈਨੂੰ ਹੀ ਕੋਈ ਨਹੀਂ ਸਮਝ ਆਉਂਦੀ ਵੀ ਕੀ ਕਰਾਂ। ਰਾਤ ਤਿਆਰ ਸੋਚ ਸੋਚ ਕੇ ਕੋਈ ਸਮਝ ਨਹੀਂ ਆਉਂਦੀ ਸੀ। ਅਗਲੇ ਦਿਨ ਹੋਇਆ ਬਣਾ, ਅੱਲਾ ਤੁਹਾਡਾ ਭਲਾ ਕਰੇ, ਅਕਾਊਂਟ ਬੈਨ ਹੋ ਗਿਆ ਸਾਡਾ। ਫਿਰ ਮੈਂ ਸੋਚਿਆ ਉਹਦੇ 'ਤੇ ਵਲਾਗ ਬਣਾਇਆ ਜਾਏ, ਪਰ ਫਿਰ ਵੀ ਕੋਈ ਟਾਈਮ ਨਹੀਂ ਲੱਗਦਾ। ਕੋਈ ਗਰਮੀ, ਤੁਹਾਨੂੰ ਪਤਾ ਗਰਮੀ ਦੀ ਸ਼ਿੱਦਤ ਬੇਇੰਤਹਾ, 44-45 ਟੈਂਪਰੇਚਰ ਪਲੱਸ ਹੋ ਰਿਹਾ। ਐ ਵੇਖਿਆ ਜੇ ਕਿਤਨਾ ਕਿਤਨਾ ਪਿਆਰਾ ਮੌਸਮ ਇੱਥੇ ਇਸ ਟਾਈਮ ਪਿੰਡਾਂ 'ਚ ਆਏ ਮਾਹੌਲ ਨੇ। ਐ ਵੇਖੇ ਬੈਠੇ ਤਾਂ ਬਸ ਮੈਂ ਕਿਹਾ ਚਲੋ ਠੰਡੀ ਵਾ ਇੰਜੋਏ ਕੀਤੀ ਜਾਏ, ਅਸਰ ਦਾ ਟਾਈਮ ਹੈ, ਅਤੇ ਨਾਲੇ ਜਾ ਕੇ ਇੱਕ ਨਿੱਕਾ ਜਿਹਾ ਵਲੋਗ ਬਣਾ ਦਿੱਤਾ। ਚਲੋ ਅਗਲੇ 2 ਦਿਨ ਵਾਸਤੇ ਕੋਈ ਕੰਟੈਂਟ ਮਿਲ ਹੀ ਜਾਏਗਾ ਨਾ, ਉਹਦੇ ਵਲੋਗ ਸੈੱਟ ਕਰ ਲਾਂਗੇ। ਆਹ ਤੁਹਾਨੂੰ ਮੈਂ ਦੱਸਣਾ ਲੱਗਾ ਵਾ ਮੇਰਾ ਅਕਾਊਂਟ ਬੈਨ ਕਿਸ ਤਰ੍ਹਾਂ ਆਇਆ। ਅੱਛਾ ਜੀ, ਨਾਲ ਹੀ ਫਿਰ ਅਣ ਬੈਨ ਕਿਸ ਤਰ੍ਹਾਂ ਆਇਆ। ਅਗਰ ਤੁਸੀਂ ਇਹ ਸੁਣਨਾ ਚਾਹੁੰਦੇ ਹੋ ਰਾਜ ਦਵਾਸ ਤੁਹਾਡੇ ਤਰੀਕਾ ਦੱਸਣਾ, ਤੁਹਾਨੂੰ ਪੀਲ ਸ਼ੀਲ ਕਰੀ ਦੀਏ ਅਤੇ ਤੁਹਾਡਾ ਵੀ ਕੋਈ ਫਾਇਦਾ ਹੋ ਸਕਦਾ ਵੇ ਇਹਦੇ 'ਚ ਕੋਈ ਬਾਈ ਚਾਂਸ। ਅਤੇ ਪਹਿਲਾਂ ਬਹਿੰਦੇ ਆਰਾਮ ਸਕੂਨ ਨਾਲ, ਪਾਣੀ ਸ਼ਾਣੀ ਪੀਂਦੇ ਹਾਂ, ਫਿਰ ਤੁਹਾਨੂੰ ਦੱਸਦੇ ਹਾਂ ਕੀ ਕੀਤਾ ਜਾਏ ਕੀ ਨਾ ਕੀਤਾ ਜਾਏ। ਓਕੇ, ਗਰਮੀ ਸ਼ਿੱਦਤ ਵੱਧ ਗਈ ਹੈ। ਐ ਵੇਖੋ ਪਰਿੰਦਾ, ਇਹ ਇਹ ਓਹੋ ਆਪਣੀ ਖੁਰਾਕ ਤਲਾਸ਼ ਕਰਦਾ ਪਾ, ਰਿਜ਼ਕ ਦੇ ਰੱਬ ਦੀ ਦਾਤ ਹੈ, ਇਹਨੂੰ ਵੀ ਇਨਸ਼ਾਅੱਲਾ ਮਿਲ ਹੀ ਜਾਣਾ। ਦੂਸਰਾ, ਆਹ ਜੇ ਅਸੀਂ ਇੱਥੇ ਆ ਗਏ ਹਾਂ ਕਿਉਂਕਿ ਹੁਣ ਛੁੱਟੀਆਂ ਹੋ ਗਈਆਂ, ਪੇਪਰ ਸ਼ੇਪਰ ਦੇ ਬੈਠੇ ਹਾਂ, ਉਹਨੂੰ ਵੀ ਸੋਚਣਾ ਕਿ ਵੀਡੀਓ ਬਣਾਈ, ਵੀਡੀਓ ਬਣਾਉਣੀਆਂ ਕਰਨੀਆਂ, ਨਾਲ ਹੀ ਅਕਾਊਂਟ ਬੈਨ ਹੋਗਾ, ਮੈਂ ਟੈਨਸ਼ਨ ਲੈ ਗਿਆ। ਮੈਂ ਆਖੇ ਕੀ ਕੀਤਾ ਜਾਏ, ਵੀਡੀਓ ਚੜ ਗਈ ਕਿ ਅਸੀਂ ਹਾਲਾਂਕਿ ਪਰਮਿਸ਼ਨ ਲਈ ਸੀ, ਬਟ ਫਿਰ ਵੀ ਨਾ ਬੈਨ ਹੋ ਗਿਆ ਉਹ। ਤਾਂ ਬਸ ਫਿਰ ਰੱਬ ਦਾ ਕਰਮ ਅਲਹਮਦੁਲਿਲਾ, ਬੈਨ ਹੋ ਗਿਆ। ਅਤੇ ਉਹ ਤੁਹਾਨੂੰ ਦੱਸਦੇ ਹਾਂ ਨਿੱਕੀ ਜਿਹੀ ਇੱਕ ਦੋ ਵੀਡੀਓ ਨਾਲੇ ਬਣਾਵਾਂਗੇ, ਵੀਡੀਓ ਵਿੱਚ ਮੈਂ ਐਡ ਕਰਾਂ ਦਾ ਦੱਸਿਓ ਕਿਸ ਤਰ੍ਹਾਂ ਫਿਰ ਵੀਡੀਓ ਬਣ ਇਸ ਸਾਈਡ ਵੀਡੀਓ ਕੈਸੀ ਲੱਗੀ ਤੁਹਾਨੂੰ। ਦੂਸਰਾ ਜੀ, ਨਹੀਂ ਯਕੀਨ ਜਾ ਕੇ ਅਕਾਊਂਟ ਜਾ ਚੈੱਕ ਕਰ ਸਕਦਾ, ITX/96 ਅਕਾਊਂਟ ਦਾ ਨਾਂ ਹੈ, ਅਨਬੈਨ ਹੋ ਗਿਆ। ਵਾਰਨਿੰਗ ਤਾਂ ਵੈਸੇ ਹੈ ਨਹੀਂ, ਬਟ ਇਨਸ਼ਾਅੱਲਾ ਵੀ ਕੋਈ ਦਿਨਾਂ ਤੱਕ ਰਿਮੂਵ ਹੋ ਜਾਏਗੀ। ਅਤੇ ਪਾਣੀ ਸ਼ਾਣੀ ਪੀ ਲਈਏ, ਫਿਰ ਇੱਕ ਦੋ ਵੀਡੀਓ ਬਣਾਉਂਦੇ ਹਾਂ, ਫਿਰ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਬੈਨ ਹੋਇਆ, ਕਿਸ ਤਰ੍ਹਾਂ ਅਨਬੈਨ ਹੋਇਆ, ਵਗੈਰਾ ਵਗੈਰਾ। ਓਕੇ, ਹੋਇਆ ਕੁਝ ਇਸ ਤਰ੍ਹਾਂ। ਅੱਛਾ, ਅਸੀਂ ਕਾਲਜ ਆਏ ਪਏ, ਕਮਰੇ 'ਚ ਖੇਡਦੇ ਪਏ, ਬਸਤੇ ਮਾਰਦੇ ਪਏ ਦੂਜੇ ਨੂੰ, ਐਂ ਕਰਕੇ 9 ਸੈਕਿੰਡ ਦੀ ਵੀਡੀਓ ਸੀ, ਆ ਕੇ ਚਲੋ ਚਾੜਨੇ ਆ, ਚਲੋ ਝੱਟ ਸ਼ੂਗਰ ਹੀ ਲੱਗੇ ਸਹੀ। ਵੀਡੀਓ ਚਾੜੀ, ਪਰ ਅਨਫਾਰਚੂਨੇਟਲੀ ਵੀਡੀਓ ਨੂੰ ਉਹਨਾਂ ਕਾ ਵਾਇਲੇਸ਼ਨ ਲੱਗ ਗਈ, ਹਾਲਾਂਕਿ ਪਰਮਿਸ਼ਨ ਆਈ, ਬਟ ਫਿਰ ਵੀ ਨਾ ਉਹ ਰਿਮੂਵ ਹੋ ਗਈ, ਅਕਾਊਂਟ ਵਾਰਨਿੰਗ ਆ ਗਈ। ਕੋਈ ਦਿਨ 2-4 ਲੰਘੇ, ਕਿਸਮਤ ਖਰਾਬ ਆਈ, ਫਿਰ ਇੱਕ ਵੀਡੀਓ ਐਸੀ ਚਾੜੀ ਮੈਂ ਆਪਣੇ ਨਾਲ ਫਨੀ ਤਰੀਕੇ ਨਾਲ ਚਾੜੀ, ਫਨੀ ਕੰਟੈਂਟ ਕ੍ਰੀਏਟ ਕਰਕੇ, ਲੇਕਿਨ ਉਹਦੇ 'ਤੇ ਵੀ ਵਾਇਲੇਸ਼ਨ ਲੱਗ ਕੇ ਸਵੇਰੇ ਸੁੱਤੇ ਉੱਠੇ ਅਤੇ ਬੈਡ ਨਿਊਜ਼, ਉਹਨੇ ਆਖਿਆ ਅਕਾਊਂਟ ਬੈਨ ਹੋ ਗਿਆ। ਦੁੱਖ ਖਤਮ ਨਹੀਂ ਹੋਤਾ ਬੇ, ਹੌਸਲਾ ਨਹੀਂ ਮਾਰ ਰਿਹਾ। ਮੈਂ ਆਖਿਆ ਕੋਈ ਮਸਲਾ ਨਹੀਂ, ਜਿਹੜੀ ਹੈ ਨਾ ਮਿਊਸੀ, ਮਿਊਸੀ ਗੁਨਾਹ ਹੈ, ਮਿਊਸੀ ਕੁਫਰ ਦੇ ਜ਼ਿਮਰੇ 'ਚ ਵੀ ਆ ਜਾਂਦੀ ਹੈ। ਅੱਲਾ ਜ਼ਾਤ ਨੇ ਖੁਦ ਕੁਰਾਨ ਜੀ ਦੇ ਇਸ਼ਾਰ ਫਰਮਾਇਆ, ਅੱਲਾ ਤਾਕਰਾ ਤੂੰ ਮੇਰੀ ਰਹਿਮਤ ਇਲਾ, ਅਤੇ ਮੇਰੀ ਰਹਿਮਤ ਤੂੰ ਮਯੂਸ ਨਹੀਂ ਹੋਣਾ। ਅਲਹਮਦੁਲਿਲਾ ਅਸੀਂ ਮਯੂਸ ਨਹੀਂ ਹੋਏ ਹੈ। ਅਤੇ ਹੋਰ 2-3 ਦਿਨ ਲੰਘੇ, ਮੈਂ ਕਿਹਾ ਚਲੋ ਕੋਈ ਨਵੀਂ ਸਿਮ ਲੈਂਦੇ ਹਾਂ, ਇੱਕ ਨਵਾਂ ਅਕਾਊਂਟ ਬਣਾਉਂਦੇ ਹਾਂ, ਉਹ ਤਾਂ ਅੱਲਾ ਕਰੇ ਅਤੇ ਫਿਰ ਕੰਮ ਸ਼ੁਰੂ ਕਰਨੇ ਹਾਂ। ਬਟ ਫਿਰ 2-3 ਦਿਨ ਇਸ ਤਰ੍ਹਾਂ ਗੁਜ਼ਰੇ ਕਿ ਮੈਂ ਉਸ ਨਾਲ ਅਪੀਲ ਕੀਤੀ ਆਹੀ, ਯਾਨੀ ਕਿ ਜਿਹੜੀ ਵੀਡੀਓ ਸ਼ੀਡੀਓ ਹੈ ਨਾ, ਅਪੀਲ ਤੁਸੀਂ ਕਰੋ, ਗਾਈਡਲਾਈਨ ਜਿਸ ਟਾਈਮ ਦਿੰਦੇ ਨੇ ਉਸ ਟਾਈਮ ਥੱਲੇ ਅਪੀਲ ਦਾ ਵੀ ਆਪਸ਼ਨ ਹੁੰਦਾ। ਮੈਂ ਉਸਨੇ ਅਪੀਲ ਕੀਤੀ ਸੀ ਕਿ ਵੀਡੀਓ ਅਸੀਂ ਪਰਮਿਸ਼ਨ ਨਾਲ ਅਪਲੋਡ ਕੀਤੀ ਹੈ, ਤੁਹਾਡੀ ਗਾਈਡਲਾਈਨ ਦੇ ਅੰਡਰ ਅਪਲੋਡ ਕੀਤੀ ਹੈ, ਕਿਉਂਕਿ ਵਿੱਚ ਅਸੀਂ ਕੋਈ ਨਹੀਂ ਫਨੀ ਆਹੀ ਹਾਂ, ਉਹ ਮੈਂ ਉਹ ਲੜਕਾ ਦੋਸਤ ਨੂੰ ਨਾ, ਮੈਂ ਇੱਥੋਂ ਯਾਨੀ ਕਿ ਐਂ ਇਸ ਤਰ੍ਹਾਂ ਦਾ ਸੀਨ ਕ੍ਰੀਏਟ ਕੀਤਾ ਸੀ, ਯਾਨੀ ਝਗੜਨੇ ਆਪੇ ਉਹਨਾਂ ਨੇ ਵਾਇਲੇਸ਼ਨ ਲਾ।
ਉਹ ਸੋਚਿਆ ਨਹੀਂ ਹੈ ਅੱਗੇ, ਕਿਉਂਕਿ ਤਿੰਨ ਚਾਰ ਮੇਰਾ ਅਕਾਊਂਟ ਬੈਨ ਹੋਇਆ, ਫੀਲ ਵੀ ਕੀਤੀ ਹੈ ਇੱਕ ਦੋ ਵਾਰੀ, ਮੈਂ ਫੀਲ ਨਹੀਂ ਕੀਤੀ, ਇੱਕ ਦੋ ਵਾਰੀ ਮੈਂ ਉਸਨੇ ਫੀਲ ਵੀ ਕੀਤੀ, ਰਿਮੂਵ ਨਹੀਂ ਹੋਏ। ਆਏ ਕਿੱਡਾ ਸੋਹਣਾ ਮੌਸਮ ਹੈ। ਅੱਛਾ ਮੋਦੂ ਬਾਲਾ ਮੈਨੇ ਅਤੇ ਉਹ ਅੱਲਾ ਹੈਰ ਕੇ ਤਾਂ ਸ਼ਾਮੀ ਤਕਰੀਬਨ 10 ਵਜੇ ਦਾ ਟਾਈਮ ਆ, ਚੋਈ ਸਾਹਿਬ ਨੇ ਆਖਿਆ ਲਓ ਜੀ ਅਕਾਊਂਟ ਅਨਬੈਨ ਹੋ ਗਿਆ। ਟਿਕਟਾਕ ਲੰਘ ਜਾਓ ਜੀ, ਤੁਸੀਂ ਲੰਘ ਜਾਓ, ਤੋੜ ਧਮਾ ਲਓ ਪਹਿਲਾਂ। ਟਿਕਟਾਕ ਵਾਲੇ ਕਹਿੰਦੇ ਨੇ ਕਿ ਨੈਕਸਟ ਟਾਈਮ ਧਿਆਨ ਰੱਖਣਾ ਹੈ, ਇਸ ਤਰ੍ਹਾਂ ਦੀ ਇੱਕ ਵੀਡੀਓ ਅਪਲੋਡ ਨਹੀਂ ਕਰਨੀ, ਲਿਹਾਜ਼ਾ ਇੱਥੋਂ 2-3 ਤੁਹਾਨੂੰ ਸਬਕ ਮਿਲਦੇ ਨੇ। ਇੱਕ ਹੌਸਲਾ ਨਹੀਂ ਹਾਰਨਾ, ਦੂਸਰਾ ਮਯੂਸੀ ਨਹੀਂ ਲਿਆਉਣੀ ਹੈ, ਟੈਨਸ਼ਨ ਨਹੀਂ ਲਈ, ਸਾਰੇ ਕੰਮ ਹੋ ਜਾਂਦੇ ਨੇ ਵਕਤ ਨਾਲ ਹੁੰਦੇ ਨੇ। ਤੀਸਰਾ ਇਹ ਕਿ ਅਗਰ ਇਸ ਤਰ੍ਹਾਂ ਦਾ ਕੰਮ ਹੁੰਦਾ ਤੁਸੀਂ ਕੋਸ਼ਿਸ਼ ਕਰੋ ਉਹਨੂੰ ਨਾ ਵਾਪਸ ਰਿਕਵਰ ਕਰਨ ਦੀ, ਕੋਈ ਆਪਣਾ ਅਪੀਲ ਵਗੈਰਾ ਕਰੋ ਕਿ ਥੋੜ੍ਹਾ ਬਹੁਤ ਨਾ ਪੜ੍ਹਾਈ ਦੇ ਥੋੜ੍ਹੇ ਫਾਇਦੇ ਹੁੰਦੇ ਨੇ, ਕੋਈ ਸਮਝ ਆ ਜੇ, ਕਿਉਂਕਿ ਇਤਨਾ ਮੁਸ਼ਕਲ ਨਹੀਂ ਕੰਮ, ਕੋਈ ਵੀ ਕੰਮ ਹੈ ਨਾ ਉਹਨੂੰ ਤੁਸੀਂ ਕਰੋ ਤਾਂ ਜ਼ਰੂਰ ਹੋਵੇਗਾ। ਹਾਂ ਅਗਰ ਤੁਸੀਂ ਗਿਰ ਕੇ ਉੱਠੋ ਨਾ ਫਿਰ ਤੁਸੀਂ ਹਾਰ ਗਏ ਹੋ, ਅਤੇ ਜੇ ਗਿਰ ਕੇ ਤੁਸੀਂ ਦੁਬਾਰਾ ਉੱਠਦੇ ਹੋ ਫਿਰ ਕੋਈ ਨਹੀਂ, ਤੁਸੀਂ ਹਾਰ, ਕੋਸ਼ਿਸ਼ ਕਰੋ ਅਗੇਨ, ਟਰਾਈ ਅਗੇਨ, ਟਰਾਈ ਅਗੇਨ। ਇਹ ਸੀਨ, ਮੈਂ ਕਿਹਾ ਚਲੋ ਛੋਟਾ ਜਿਹਾ ਵਲੋਗ ਇਸ ਮੌਸਮ 'ਤੇ ਬਣਾ ਲੈਂਦੇ ਹਾਂ, ਜ਼ਿਆਦਾ ਬੋਰਿੰਗ ਵੀ ਨਹੀਂ ਅਤੇ ਜ਼ਿਆਦਾ ਉਹਨੇ ਆਖਿਆ ਇੰਟਰਸਟਿੰਗ ਵੀ ਨਹੀਂ ਹੈ, ਅਤੇ ਇੱਥੇ ਹੁਣ ਇੱਕ ਦੋ ਫਨੀ ਵੀਡੀਓ ਬਣਾਉਣੀ। ਇੱਕ ਚੋਈ ਸਾਹਿਬ ਅਜੇ ਕੋਈ ਨਹੀਂ, ਤੁਹਾਨੂੰ ਪਤਾ ਸੁਨੈਣ ਅੱਗੇ ਸਾਡੇ ਨਾਲ ਆਉਂਦਾ, ਉਹ ਗਏ ਆ ਕੋਈ ਘਰੇਲੂ ਕੰਮ ਛੋਟਾ ਜਿਹਾ, ਮੈਂ ਕੌਣ ਮਸਲਾ ਕੱਲ੍ਹ ਸਹੀ, ਅਤੇ ਫਨੀ ਵੀਡੀਓ ਬਣਾਉਂਦੇ ਹਾਂ ਅਸੀਂ ਹੁਣ, ਆਪਣਾ ਥੋੜ੍ਹਾ ਬਹੁਤ ਕੰਮ ਸ਼ੁਰੂ ਕਰ ਲਿਆ, ਆਪਣੇ ਦੌੜ ਵੀ ਅਲਹਮਦ ਲਿਖਣੇ ਸ਼ੁਰੂ ਕਰ ਲਏ ਨੇ, /96 ਅਕਾਊਂਟ ਮੇਰਾ ਦੌੜਿਆ, ਆਪਣੇ ਅਲਹਮਦ ਲਿਖੀਦੇ ਨੇ, ਥੋੜ੍ਹੇ ਬਹੁਤ ਰੱਬ ਦਾ ਸ਼ੁਕਰ ਸਾਡਾ ਜੀ, ਕੋਈ ਕਮਾਲ ਨਹੀਂ। ਅਲਹਮਦੁਲਿਲਾ ਅੱਜ 23 ਵੀਡੀਓ ਬਣਾਉਣ ਹੋਈਆਂ, ਦਿਲ ਜਹਾ 2-3 ਬਣਾ ਲਈ ਦੀਆਂ, ਪਰ ਨਹੀਂ ਨਾ ਕੋਈ ਸਟੈਂਡਵਾ ਨਹੀਂ ਬਣੇ ਆ, ਫਸ ਦਿਨ ਦਾ ਹਾਂ ਕਾਫੀ ਅਰਸੇ ਦੇ ਬਾਅਦ, ਪੇਪਰਾਂ ਸ਼ੇਪਰਾਂ ਦੇ ਬਾਅਦ ਜ਼ਿਆਦਾ, ਇਸ ਵਾਸਤੇ ਅੱਜ ਕੀ ਬਣਾਈਏ, ਬੜੀ ਅੱਛੀ ਬਣਾਈਏ, ਉਮੀਦ ਤਿਆਰ ਲੋਕਾਂ ਨੂੰ ਪਸੰਦ ਆਵੇ ਇਨਸ਼ਾਅੱਲਾ। ਚਲੋ ਨਾ ਵੀ ਕੋਈ ਮਸਲਾ ਸਾਡਾ, ਇਹ ਹੀ ਕੰਮ ਹੈ ਕਿ ਅੱਗੋਂ ਮਜ਼ੀਦ ਅੱਛੀ ਬਣਾਈਏ, ਸਭ ਨੂੰ ਪਸੰਦ ਆਵੇ, ਇੰਟਰਟੇਨ ਕਰੀਏ, ਦੂਸਰਾ ਅੱਲਾ ਤੁਹਾਡਾ ਭਲਾ ਕਰੇ। ਹੁਣ ਇੱਥੇ ਵਲੋਗ ਨੂੰ ਐਂਡ ਕਰਾਂਗੇ, ਛੋਟਾ ਜਿਹਾ ਵਲੋਗ, ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ, ਓਕੇ, ਬੈੱਲ ਜਾਂ ਜਿਹੜਾ ਬਟਨ ਹੈ ਨਾ ਉਹਨੂੰ ਪ੍ਰੈਸ ਕਰ ਛੋੜੋ, ਤਾਂ ਕਿ ਹਰ ਵਲੋਗ ਜਿਹੜਾ ਮੇਰਾ ਆਉਂਦਾ ਤੁਹਾਡੇ ਤੱਕ ਪਹਿਲਾਂ ਆ ਜੇ, ਓਕੇ। ਜਿਹੜਾ 2-4 ਵੇਖਦੇ ਹੋ, ਅੱਲਾ ਪਾਕ ਸਲਾਮਤ ਰੱਖੇ, ਖੁਸ਼ ਰਹੋ, ਅਤੇ ਦੁਆ ਹੋਣੀ ਚਾਹੀਦੀ ਇਨਸ਼ਾਅੱਲਾ ਅਨ ਕਰੀਬ ਹੁੰਦੀ ਮੁਲਾਕਾਤ ਨਿਊ ਵਲੋਗ ਦੇ ਵਿੱਚ। ਐ ਸਾਡਾ ਛੋਟਾ ਜਿਹਾ ਪਿੰਡ ਸੁਭਾਨ ਸ਼ਰੀਫ, ਓਕੇ ਬਾਏ।